ਉਹਨੇ ਸਾਡੇ ਬਾਰੇ ਹੈਂਡੀਕੈਪਟਾਂ ਬਾਰੇ ਸੋਚਿਆ ਔਰ ਅਸੀਂ ਵੱਧ ਚੜ ਕੇ ਨਾਲ ਸਾਥ ਦੇਵਾਂਗੇ ਔਰ ਅਸੀਂ ਇਹਨਾਂ ਦੇ ਪੂਰੇ ਨਾਲ ਹੈ। ਮੈਨੂੰ ਵੀ ਫਖਰ ਹੈ ਕਿ ਇਹ ਜਿਹੜੇ ਲੋਕ ਬੋਲ ਨਹੀਂ ਸਕਦੇ ਹੈਗੇ, ਤੁਸੀਂ ਤਾਂ ਸਾਰੇ ਮੇਰੇ ਕੋਲ ਆ ਕੇ ਕਹਿ ਸਕਦੇ ਹੋ ਜੀ, ਪਰ ਇਹਨਾਂ ਦੀ ਨੁਮਾਇੰਦਗੀ ਤਾਂ ਕੋਈ ਹੈ ਨਹੀਂ, ਅਤੇ ਉਹ ਤੁਸੀਂ ਸਾਰਿਆਂ ਨੇ ਅੱਜ ਇੱਥੋਂ ਦੇ ਨਿਜ਼ਾਮ ਨੇ ਤੁਸੀਂ ਸਾਰਿਆਂ ਨੇ ਮਿਲ ਕੇ ਕੀਤੀ ਹੈ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਰਿਣੀ ਹੈ। ਸਰ ਅੱਜ ਤੱਕ ਐਮ ਪੀ ਕਿੰਨੇ ਆਏ, ਕਿੰਨੇ ਗਏ, ਕੀ ਅੱਜ ਤੱਕ ਕਿਸੇ ਨੇ ਟ੍ਰਾਈਸਾਈਕਲ ਵੰਡੇ ਨੇ? ਇਹ ਤੁਸੀਂ ਦੱਸ ਸਕਦੇ ਹੋ, ਮੈਂ ਤਾਂ ਆਪਣੀ ਤਾਰੀਫ ਨਹੀਂ ਕਰਨੀ ਹੈਗੀ ਜੀ, ਇਹ ਤਾਂ ਤੁਸੀਂ ਦੱਸ ਸਕਦੇ ਹੋ ਕੀ ਹੋਇਆ ਜੀ, ਪਰ ਜਿਹੜੀ ਮੇਰੀ ਡਿਊਟੀ ਹੈ, ਜਿਹੜੇ ਬੰਦੇ ਨਹੀਂ ਸੁਣ ਸਕਦੇ ਬੋਲ ਸਕਦੇ ਉਹਨਾਂ ਲਈ ਮੈਂ ਸਮਝਿਆ ਕਿ ਬਰਨਾਲੇ ਵੀ ਕਰਤਾ, ਸੰਗਰੂਰ ਵੀ ਕਰਤਾ, ਲਹਿਰਾ ਗਾਗਾ ਰਹਿ ਗਿਆ, ਹੋਰ ਜਿਹੜੇ ਇੱਥੇ ਵੀ ਰਹਿ ਜਾਣਗੇ ਉਹਨਾਂ ਦਾ ਵੀ ਅਗਲੇ ਵਾਰੀ ਕਰ ਦਾਂਗੇ। ਸਰ ਸ਼ਹਿਰ ਲਈ ਹੋਰ ਕੀ ਕਰ ਸਕਦੇ ਹੋ ਤੁਸੀਂ? ਸਰ ਹੋਰ ਤੁਹਾਨੂੰ ਦੱਸਿਆ, ਤੁਹਾਡੀਆਂ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਤਬਦੀਲ ਹੋ ਜਾਣੇ ਆ ਅਗਲੇ ਸਾਲ ਤੱਕ, ਅਤੇ ਤੁਹਾਡੀ ਕੋਈ ਵੀ ਮਸ਼ੀਨ ਸੜੂਗੀ ਨਹੀਂ, ਅਤੇ ਵਧੀਆ ਤੁਹਾਨੂੰ ਕਰੰਟ ਮਿਲੂਗਾ। ਸਰ ਮਲੇਰਕੋਟਲੇ ਲਈ ਹੋਰ ਕੀ ਕੀ ਸੌਗਾਤਾਂ ਲੈ ਕੇ ਆ ਰਹੇ ਹੋ ਤੁਸੀਂ? ਮੈਂ ਸੋਚ ਰਿਹਾ ਕਿ ਸ਼ੇਰ ਮੁਹੰਮਦ ਖਾਨ ਪਰਸੋਂ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ, ਜਿਨ੍ਹਾਂ ਦੇ ਲਈ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ, ਅਸੀਂ ਉਹਨਾਂ ਦੇ ਲਈ ਕੋਈ ਯਾਦਗਾਰ ਬਣਾਈਏ, ਪਰ ਇੱਥੋਂ ਦੀ ਜਿਹੜੀ ਕਮੇਟੀ ਆ ਉਹ ਅਜੇ ਸਾਨੂੰ ਇਜਾਜ਼ਤ ਨਹੀਂ ਦੇ ਰਹੀ ਕਿ ਫਲਾਣੀ ਜਗ੍ਹਾ ਦੇ ਵਿੱਚ, ਜੇ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੋਊਗੀ ਅਤੇ ਸਾਨੂੰ ਜਗ੍ਹਾ ਦੇ ਦਿਓਗੇ, ਫਿਰ ਸ਼ੇਰ ਮੁਹੰਮਦ ਖਾਨ ਸਾਹਿਬ ਦੇ ਲਈ ਆਪਾਂ ਜੇ ਕੋਈ ਯਾਦਗਾਰ ਬਣਵਾ ਦਈਏ, ਉਹ ਬੜੀ ਵਰਲਡ ਫੇਮਸ ਹੋਊਗੀ, ਕਿਉਂ ਕਰਕੇ ਹਾਂ ਦਾ ਨਾਰਾ ਸਾਹਿਬਜ਼ਾਦਿਆਂ ਨੂੰ ਬਚਾਉਣ ਦੇ ਲਈ, ਐਡੇ ਵੱਡੇ ਔਰੰਗਜ਼ੇਬ ਹਕੂਮਤ ਨੂੰ ਉਹਨਾਂ ਨੇ ਕਿਹਾ ਸੀਗਾ, ਤਾਂ ਮੈਂ ਸਮਝਦਾ ਕਿ ਇਹ ਦੇਣ ਸਾਡੀ ਪਾਰਟੀ ਦੀ ਬਹੁਤ ਹੋਊਗੀ ਮਲੇਰਕੋਟਲੇ ਨੂੰ, ਜੇ ਸ਼ੇਰ ਮੁਹੰਮਦ ਖਾਨ ਸਾਹਿਬ ਦਾ ਇੱਥੇ ਬਣ ਜੇ, ਅਤੇ ਜਿਹੜੀ ਇੱਥੋਂ ਦੇ ਪੈਲਸ ਹੈਗੀ ਹੈ ਉਹਦੀ ਸੰਭਾਲ ਹੋ ਜੇ, ਅਤੇ ਜਿਹੜਾ ਇਹਨਾਂ ਦਾ ਜਿੱਥੇ ਦਫਨ ਹੁੰਦਾ ਰਾਜਿਆਂ ਦਾ, ਮਹਾਰਾਜਿਆਂ ਦਾ, ਨਵਾਬਾਂ ਦਾ, ਉਹਨਾਂ ਦੀ ਵੀ ਆਰਕੀਓਲੋਜੀਕਲ ਸੁਸਾਇਟੀ ਸੰਭਾਲ ਕਰਨੀ ਸ਼ੁਰੂ ਕਰ ਦੇਵੇ, ਅਤੇ ਇੱਥੋਂ ਦਾ ਜਿਹੜਾ ਕਲਚਰ ਹੈ, ਸੱਭਿਆਚਾਰ, ਉਹ ਮੈਂ ਚਾਹੁੰਦਾ ਕਿ ਉਹਨੂੰ ਸੰਭਾਲ ਲਈਏ। ਮਾਨ ਸਾਹਿਬ, ਸੀ ਐੱਮ ਭਗਵੰਤ ਮਾਨ ਨੇ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਹਫਤੇ ਕਰਕੇ ਮਾਤਮ ਵਾਲੀਆਂ ਬਿਗਲ ਵਜਾਉਣ ਦਾ ਐਲਾਨ ਕੀਤਾ, ਬਾਅਦ ਵਿੱਚ ਉਹਨਾਂ ਨੇ ਇਹ ਐਲਾਨ ਵਾਪਸ ਲੈ ਲਿਆ, ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਇਹਨਾਂ ਚੀਜ਼ਾਂ ਦਾ, ਇਹ ਭੋਲੇ ਨੇ, ਅਤੇ ਸਿੱਖ ਜਾਣਗੇ ਹੌਲੀ ਹੌਲੀ ਕੀ ਕਿਵੇਂ ਗੱਲ ਕਰਨੀ ਹੈਗੀ ਹੈ, ਕਿਹੜੀ ਰਸਮ ਕਿਵੇਂ ਕਰਨੀ ਹੈ, ਅਜੇ ਪਤਾ ਨਹੀਂ ਉਹਨਾਂ ਨੂੰ। ਇੱਕ ਟਰਮ ਹੋਰ ਉਹਨਾਂ ਨੂੰ ਚੀਫ ਮਿਨਿਸਟਰ ਜੇ ਬਣਾ ਦਈਏ ਤਾਂ ਉਹਦੇ 'ਚ ਸਿੱਖ ਜਾਣਗੇ ਸਾਰਾ ਕੁਛ। ਆਉਣ ਵਾਲੀਆਂ ਚੋਣਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ, ਕੀ ਰਿਸਪੋਂਸ ਮਿਲ ਰਿਹਾ? ਸੀਧਾ ਐਲਾਨ ਕਰਿਆ, ਮੈਨੂੰ ਤਾਂ ਠੀਕ ਹੈ ਜੀ, ਇਹ ਤੁਸੀਂ ਦੱਸਣਾ ਕਿ ਇਹ ਕਿਹਨੂੰ ਰਿਸਪੋਂਸ ਦਿਓਗੇ। ਮਾਨ ਸਾਹਿਬ, ਜਿਹੜੇ ਸੰਸਦ ਮੈਂਬਰ ਮੁਅੱਤਲ ਕੀਤੇ ਜਾ ਰਹੇ ਨੇ ਵਿਰੋਧੀ ਪਾਰਟੀਆਂ ਦਾ, ਉਹ ਵੀ ਕਰ ਰਹੀਆਂ ਨੇ? ਹਾਂਜੀ, ਉਹ ਜਿਹੜਾ ਬਿੱਲ ਕਾਨੂੰਨ ਦਾ ਪਾਸ ਕੀਤਾ ਗਿਆ ਉਹ ਬਿਲਕੁਲ ਇਹ ਗੈਰ ਜਮਹੂਰੀਅਤ ਹੈ, ਗੈਰ ਸੰਵਿਧਾਨਕ ਹੈ, ਕਿਉਂ ਕਰਕੇ ਓਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਹੈ ਨਹੀਂ ਸੀਗੀ, ਅਤੇ ਡਿਬੇਟ ਤੋਂ ਬਗੈਰ ਜਿਹੜਾ ਇਹ ਬੀਜੇਪੀ ਆਰਐਸਐਸ ਨੇ ਉਹ ਕਾਨੂੰਨ ਦੇ ਬਿੱਲ ਪਾਸ ਕਰਾਏ ਹੈ ਉਹ ਬੜੇ ਨਜਾਇਜ਼ ਹੈ, ਅਤੇ ਮੈਂ ਬੋਲਿਆ ਵੀ ਹੈਗਾ, ਅਤੇ ਮੈਨੂੰ ਟਾਈਮ ਵੀ ਨਹੀਂ ਸੀ ਦਿੰਦੇ, ਪਰ ਜ਼ਬਰਦਸਤੀ ਮੈਂ ਉੱਥੇ ਖੜ੍ਹ ਕੇ ਕਿੰਨੇ ਘੰਟੇ ਥੋੜ੍ਹਾ ਜਿਹਾ ਟਾਈਮ ਮਿਲਿਆ ਜਿਹੜਾ ਮੈਂ ਕਹਿ ਸਕਿਆ ਹੈਗਾ, ਪਰ ਇਹਦੇ ਲਈ ਆਪਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਊਗਾ ਕਿ ਡਿਬੇਟ ਤੋਂ ਬਗੈਰ ਇਹ ਬਿੱਲ ਸਾਰੇ ਪਾਸ ਕੀਤੇ ਗਏ ਆ, ਜਿਵੇਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ
ਐਮਰਜੈਂਸੀ ਦੇ ਵਿੱਚ ਕਾਨੂੰਨ ਬਣਾਏ ਜਾਂਦੇ ਸੀਗੇ, ਉਸ ਤਰ੍ਹਾਂ ਮੋਦੀ ਸਰਕਾਰ ਨੇ ਬਿੱਲ ਪੇਸ਼ ਕੀਤੇ ਹੈ ਅਤੇ ਪਾਸ ਕਰਾਏ ਹੈ ਇੰਦਰਾ ਗਾਂਧੀ, ਅਤੇ ਆਹ ਜਿਹੜੇ ਬਿੱਲ ਪਾਸ ਕਰਾਏ ਹੈ ਮੋਦੀ ਸਾਹਿਬ ਨੇ, ਅਮਿਤ ਸ਼ਾਹ ਨੇ, ਕੋਈ ਫਰਕ ਇਹਨਾਂ ਦੇ ਵਿੱਚ ਹੈ ਨਹੀਂਗਾ। ਮਾਨ ਸਾਹਿਬ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਸਾਹਿਬ ਨੂੰ ਸਿੱਖੀ ਨਾਲ ਰਿਲੇਟਡ ਮੁੱਦਿਆਂ 'ਤੇ ਕੋਈ ਵੀ ਐਲਾਨ ਕਰਨ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਜਾਂ ਸਿੱਖ ਧਾਰਮਿਕ ਲੀਡਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ? ਉਹ ਮੁਸਲਮਾਨ ਹਿੰਦੂਆਂ ਨਾਲ ਹੀ ਸਲਾਹ ਕਰ ਲੈਣ, ਉਹਨਾਂ ਨੂੰ ਜ਼ਿਆਦਾ ਪਤਾ ਇਹ ਮਾਨ ਸਾਹਿਬ ਤੋਂ ਜ਼ਿਆਦਾ, ਸਿੱਖਾਂ ਨਾਲ ਖਾਸ ਕਰਕੇ ਕੀ ਕਰਨੀ ਹੈ। ਸਰ ਟਰਾਈਸਾਈਕਲ ਨੇ ਜਿਹੜੇ ਜ਼ਰੂਰਤਮੰਦਾਂ ਨੂੰ ਦਿੱਤੇ ਗਏ ਨੇ, ਕਈ ਐਸੇ ਜ਼ਰੂਰਤਮੰਦ ਵੀ ਅਸੀਂ ਦੇਖੇ ਨੇ ਉਹਨਾਂ ਕੋਲ ਆਲਰੇਡੀ ਪਹਿਲਾਂ ਹੈਗੇ ਨੇ ਬੈਟਰੀ ਵਾਲੇ ਸਾਈਕਲ, ਕੀ ਸਰ ਇਹ ਜਾਇਜ਼ ਹੈ ਉਹੀ ਸਾਈਕਲ ਕਿਸੇ ਹੋਰ ਨੂੰ ਜ਼ਰੂਰਤਮੰਦ ਨੂੰ ਦਿੱਤੇ ਜਾਂਦੇ? ਹਾਂ, ਦਿੱਤੇ ਜਾਣੇ ਚਾਹੀਦੇ ਸੀ ਜੀ। ਫਿਰ ਅੱਗੇ ਦੋ ਦੋ ਤਿੰਨ ਤਿੰਨ ਹੈਗੇ ਉਹਨਾਂ ਕੋਲ ਆਲਰੇਡੀ ਪਹਿਲਾਂ ਹੀ, ਫਿਰ ਸਾਨੂੰ ਇਹਦੀ ਚੀਜ਼ ਦਾ ਪਤਾ ਨਹੀਂ ਹੈ ਜੀ, ਪਰ ਜੇ ਪਤਾ ਹੁੰਦਾ ਤਾਂ ਫਿਰ ਇਹ ਤੇ ਸਰ ਇਹਦੀ ਜਾਂਚ ਕਰੋਗੇ? ਕਰਾ ਦਾਂਗੇ ਜੀ। ਹਾਂ, ਉਹਨਾਂ ਦੀ ਮਾਫ਼ੀ ਦੇਣੀ ਚਾਹੀਦੀ ਹੈ ਜੀ, ਪਰ ਜਿਹੜੇ ਅਮਿਤ ਸ਼ਾਹ ਜੀ ਕਹਿੰਦੇ ਆ ਕਿ ਉਹਨਾਂ ਨੇ ਪਛਤਾਵਾ ਨਹੀਂ ਕੀਤਾ ਹੈਗਾ, ਇਹ ਗਲਤ ਗੱਲ ਹੈ। ਪਰ ਜਿਹੜੀ ਬੀਬੀ ਬਾਣੋ ਦੇ ਕਾਤਲ ਸੀਗੇ, ਜਿਨ੍ਹਾਂ ਨੇ ਬੀਬੀ ਬਾਣੋ ਦੇ ਉੱਤੇ ਜਬਰ ਜਨਾਹ ਕੀਤਾ, ਉਹਨਾਂ ਨੂੰ ਤਾਂ ਪੂਰੀ ਸਜ਼ਾ ਵੀ ਨਹੀਂ ਕੱਟਣ ਦਿੱਤੀ ਜੇਲ੍ਹ ਦੇ ਵਿੱਚ, ਉਹ ਤਾਂ ਉਹਨਾਂ ਨੂੰ ਬਗੈਰ ਪੂਰੇ 14 ਸਾਲ ਤੋਂ ਪਹਿਲਾਂ ਹੀ ਉਹਨਾਂ ਨੂੰ ਰਿਹਾਅ ਕਰਤਾ, ਅਤੇ ਉਹਨਾਂ ਨੇ ਵੀ ਕੋਈ ਪਛਤਾਵਾ ਤਾਂ ਕੀਤਾ ਨਹੀਂ ਸੀਗਾ, ਹੈ ਨਾ। ਸੋ ਇਹ ਗੱਲ ਕਹਿਣੀ ਗਲਤ। ਹਾਂਜੀ ਬਾਈ ਜੀ, ਕੀ ਕਹਿਣਾ ਚਾਹੋਗੇ? ਹਾਂਜੀ ਬਾਈ ਜੀ, ਮੇਰਾ ਨਾਮ ਜਗਵਿੰਦਰ ਸਿੰਘ, ਮੇਰਾ ਪਿੰਡ ਮਣਿਆਣਾ, ਤਹਿਸੀਲ ਮੂਨਕ, ਜ਼ਿਲ੍ਹਾ ਸੰਗਰੂਰ, ਜੋ ਕਿ ਸਾਡੇ ਮੌਜੂਦਾ ਐਮ ਪੀ ਮਾਨ ਸਾਹਿਬ ਨੇ ਜੋ ਕਿ ਸਾਨੂੰ ਇਹ ਜੋ ਟਰਾਈਸਾਈਕਲ ਦਿੱਤੇ ਨੇ ਇਲੈਕਟ੍ਰੀਸ਼ਨ, ਇਹ ਸਾਨੂੰ ਬਹੁਤ ਵੱਡੀ ਗੱਲ ਹੈ ਕਿ ਅਸੀਂ ਹੁਣ ਜੋ ਵੀ ਆਪਣਾ ਬਾਹਰ ਅੰਦਰ ਮੰਨ ਲਓ ਜਾਣ ਜੋਗੇ ਹੋ ਗਏ, ਆਪਣਾ ਕੰਮ ਕਰਨ ਜੋਗੇ ਹੋ ਗਏ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਜ਼ਿਆਦਾ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਹੈ। ਠੀਕ ਹੈ।